ਧਾਰੀਵਾਲ ਦੇ ਪਿੰਡ ਜੋਗੋਵਾਲ ਦੀ ਬੱਚੀ ਅੰਜਲੀ ਉਮਰ 8 ਸਾਲ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕਰਨ ਤੇ ਪਿੰਡ ਦੇ ਨੌਜਵਾਨ ਨੇ ਬੱਚੀ ਦਾ ਕਤਲ ਕਰ ਦਿੱਤਾ। ਉਸ ਦੇ ਅੱਜ ਸ਼ਰਧਾਂਜਲੀ ਸਮਾਰੋਹ ਤੇ ਰਕੇਸ਼ ਵਿਲੀਅਮ ਪੰਜਾਬ ਪ੍ਰਧਾਨ ਪ੍ਰੋਟੈਕਸ਼ਨ ਕਮੇਟੀ ਐਡਵੋਕੇਟ ਪਾਲ ਸਿੰਘ ਸੰਧੂ ਐਲਬਰਟ ਦੁੱਲਾ ਰੋਸ਼ਨ ਯੂਸਫ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਘਟਨਾ ਵਾਪਰੀ ਪਰਿਵਾਰ ਨਾਲ ਬਹੁਤ ਦੁਖਦਾਈ ਘਟਨਾ ਹੋਈ। ਇਹਦੇ ਵਿੱਚ ਆਪਣੇ ਆਪ ਨੂੰ ਦੋਸ਼ੀ ਸਮਝਦੇ ਹਨ ਜੋ ਉਸਦੇ ਨਾਲ ਹੀ ਚਲੇ ਗਏ। ਉਹਨੂੰ ਦਰਿੰਦਿਆਂ ਵੱਲੋਂ ਨੋਚ ਨੋਚ ਕੇ ਉਹਦੇ ਸਰੀਰ ਨੂੰ ਖਤਮ ਕਰਤਾ ਗਿਆ। ਲੜਕੀ ਦੇ ਪਰਿਵਾਰ ਉਹਦੇ ਨਾਲ ਮਾੜਾ ਜਿਹੜਾ ਕੰਮ ਸੀਗਾ ਉਹ ਕੀਤਾ ਗਿਆ। ਰਣਜੀਤ ਸਿੰਘ ਔਰ ਮੈਂ ਸਮਝਣਾ ਕਿ ਉਹ ਬੱਚੀ ਜਿਹੜੀ ਆ ਅਰਨ ਚੌਧਰੀ ਜੀ ਔਰ ਉਹ ਰਾਬਰਟ ਜੀ ਰਾਬਰਟ ਪਛੀਆ ਜੀ ਮੈਂ ਸਮਝਣਾ ਕਿ ਵਿਲੀਅਮ ਜੱਟਾ ਜੀ ਬੈਠੇ ਇਹਨਾਂ ਦੇ ਬਹੁਤ ਤਕੜੇ ਜ਼ੋਰ ਦੇ ਨਾਲ ਅੱਜ ਦਾ ਜੋ ਭਾਸ਼ਣ ਕੀਤਾ ਵਾ ਇਨਸਾਫ ਦੇਣ ਦੇ ਲਈ ਔਰ ਮੈਂ ਇਹਨਾਂ ਦਾ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਨਿਆਂ ਨੂੰ ਲੈਣ ਦੇ ਵਾਸਤੇ ਸਾਨੂੰ ਲੀਗਲ ਤੌਰ ਦੇ ਉੱਤੇ ਲੜਾਈ ਜਿਹੜੀ ਆ ਬਹੁਤ ਚੰਗੀ ਤਰ੍ਹਾਂ ਲੜਨੀ ਚਾਹੀਦੀ ਆ। ਸਾਡੇ ਕੋਲ ਦੋ ਐਡਵੋਕੇਟ ਸਾਹਿਬ ਬੈਠੇ ਨੇ ਪਾਲ ਸਾਹਿਬ ਕਮਲ ਖੋਖਰ ਜੀ ਕਿਉਂਕਿ ਇੰਟੈਲੀਜੈਂਟ ਨੇ ਜੁਡੀਸ਼ੀਅਲ ਤੌਰ ਦੇ ਉੱਤੇ ਹਰ ਗੱਲ ਨੂੰ ਜਾਣਦੇ ਨੇ। ਮੇਰੀ ਇਹਨਾਂ ਨੂੰ ਰਿਕੁਐਸਟ ਆ ਜਿੱਥੇ ਪੀਟਰ ਚੀਤਾ ਜੀ ਜਾਂ ਆਰ ਐਫ ਚੌਹਾਨ ਜੀ ਜਾਂ ਵਿਲੀਅਮ ਜੀ ਜਾਂ ਲਾਲਨ ਚੌਧਰੀ ਅੱਜ ਪਿੰਡ ਜੋਗੋਵਾਲ ਜੱਟਾਂ ਦੇ ਵਿੱਚ ਮਿਤੀ 6/8/2018 ਨੂੰ ਜਿਹੜੀ ਅੰਜਲੀ ਬੇਟੀ ਕਮਿਊਨਿਟੀ ਦੀ ਬੇਟੀ ਸੀ ਔਰ ਉਹਦੀ ਉਮਰ ਜਿਹੜੀ ਆ 7 ਸਾਲ ਦੀ ਸੀ ਉਹਨੂੰ ਦਰਿੰਦਿਆਂ ਵੱਲੋਂ ਨੋਚ ਨੋਚ ਕੇ ਉਹਦੇ ਸਰੀਰ ਨੂੰ ਖਤਮ ਕਰ ਦਿੱਤਾ ਰਿਹਾ ਖਤਮ ਕਰਤਾ ਗਿਆ ਔਰ ਇਸ ਤੋਂ ਪਹਿਲਾਂ ਉਹਦੇ ਨਾਲ ਮਾੜਾ ਜਿਹੜਾ ਕੰਮ ਸੀਗਾ ਉਹ ਕੀਤਾ ਗਿਆ। ਔਰ ਮੈਂ ਸਮਝਣਾ ਕਿ ਉਹ ਬੱਚੀ ਜਿਹੜੀ ਆ ਹਾਲੇ ਸਕੂਲ ਪੜ੍ਹਨ ਦੀ ਉਮਰ ਸੀ ਉਹਦੀ ਹਾਲੇ ਕੁਰਕਰੇ ਖਾਣ ਦੀ ਚੌਕਲੇਟ ਖਾਣ ਦੀ ਉਮਰ ਸੀ ਉਹਨੇ ਆਪਣੇ ਮਨ ਦੇ ਵਿੱਚ ਇੱਕ ਕਨਸੈਪਟ ਬਣਾਏ ਸੀ ਕਿ ਰੱਖੜੀ ਦਾ ਦੇਣ ਆ ਰਿਹਾ ਹੈ ਮੈਂ ਆਪਣੇ ਭਰਾ ਨੂੰ ਰੱਖੜੀ ਬੰਨ੍ਹੀ ਹੈ। ਪਰਿਵਾਰ ਦੇ ਵੱਲੋਂ ਬਹੁਤ ਸਾਰੀਆਂ ਆਪਣੀ ਬੱਚੀ 'ਤੇ ਆਸਾਂ ਸਨ ਪਰ ਉਸ ਦਰਿੰਦੇ ਵੱਲੋਂ ਸਾਰੀਆਂ ਆਸਾਂ ਦੇ ਉੱਤੇ ਪਾਣੀ ਫੇਰ ਦਿੱਤਾ ਗਿਆ ਔਰ ਇਸ ਕੰਮ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਹੋਰ ਵੀ ਜੀ ਇਨਵਾਲਵ ਹਨ। ਪ੍ਰਸ਼ਾਸਨ ਜਿਹੜਾ ਵਾ ਥੋੜ੍ਹਾ ਢਿੱਲਾ ਕਾਰਵਾਈ ਕਰ ਰਿਹਾ ਵਾ ਔਰ ਅੱਜ ਪੂਰੀ ਮਸੀਹ ਕੌਮ ਨੇ ਮੰਗ ਕੀਤੀ ਆ ਜਿਹਦੇ ਵਿੱਚ ਮਨਿਓਰਟੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਔਰ ਮੈਂਬਰ ਸਾਹਿਬਾਨ ਆਏ ਸਨ ਕਿ ਜਲਦੀ ਤੋਂ ਜਲਦੀ ਪ੍ਰਸ਼ਾਸਨ ਜਿਹੜਾ ਵਾ ਉਹ ਤੇਜ਼ੀ ਦੀ ਕਾਰਵਾਈ ਕਰਕੇ ਬਾਕੀ ਧਾਰਾਵਾਂ ਲਾ ਕੇ ਜਿੰਨੇ ਵੀ ਬਾਕੀ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰੇ ਔਰ ਅੱਜ ਸਾਰੇ ਹੀ ਡਿਨੋਮੀਨੇਸ਼ਨ ਜਿੰਨੇ ਵੀ ਚਰਚ ਨੇ ਇਸ ਮਾਮਲੇ ਦੇ ਉੱਤੇ ਇੱਕ ਮੰਚ ਦੇ ਉੱਤੇ ਇਕੱਠੇ ਹੋਏ ਔਰ ਜਿਹੜੀ ਅੰਜਲੀ ਦੀ ਕੁਰਬਾਨੀ ਆ ਜਿਹਦੇ ਨਾਲ ਪੂਰਾ ਮਸੀਹ ਭਾਈਚਾਰਾ ਇਕੱਠਾ ਹੋਇਆ ਵਾ ਉਹ ਵਿਅਰਥ ਨਹੀਂ ਜਾਏਗੀ ਔਰ ਸਾਰੀ ਕਮਿਊਨਿਟੀ ਜਿਹੜੀ ਆ ਉਹ ਅੰਜਲੀ ਦੀ ਲੜਾਈ ਜਿਹੜੀ ਆ ਸੜਕਾਂ 'ਤੇ ਆ ਕੇ ਲੜੇਗੀ। ਜੇਕਰ ਕੋਈ ਇਹਦੇ ਵਿੱਚ ਕਿਸੇ ਕਿਸਮ ਦਾ ਢਿੱਲ ਵਰਤੀ ਜਾਂਦੀ ਆ ਅਤਕਾਈ ਵਰਤੀ ਜਾਂਦੀ ਆ ਅਤੇ ਕਮਿਊਨਿਟੀ ਜਦੋਂ ਸੜਕਾਂ 'ਤੇ ਆਉਂਦੀ ਆ ਅਤੇ ਉਹਦੀ ਜ਼ਿੰਮੇਵਾਰੀ ਜਿਹੜੀ ਆ ਸਾਰੀ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਬਹੁਤ ਹੀ ਦੁੱਖ ਦੀ ਘੜੀ ਦੇ ਵਿੱਚ ਪਿੰਡ ਜੋਗੋਵਾਲ ਦੇ ਵਿੱਚ ਅਸੀਂ ਇਕੱਠੇ ਹੋਏ ਹਾਂ। ਇਸ ਪਿੰਡ ਦੇ ਵਿੱਚ ਪਿਛਲੀ 6 ਤਰੀਕ ਨੂੰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਜਿਸ ਦੇ ਵਿੱਚ ਅਸੀਂ ਇਹਦੇ ਵਿੱਚ ਆਪਣੇ ਆਪ ਨੂੰ ਦੋਸ਼ੀ ਸਮਝਦੇ ਹਾਂ ਕਿਉਂਕਿ ਪੰਜਾਬ ਜੋ ਗੁਰੂ ਪੀਰਾਂ ਦੀ ਧਰਤੀ ਕਹਾਉਣ ਵਾਲੀ ਅੱਜ ਇੱਥੇ ਸੰਸਕਾਰਾਂ ਦੀ ਘਾਟ ਹੋਣ ਕਰਕੇ ਲੋਕ ਈਜ਼ੀ ਮਨੀ ਦੇ ਪਿੱਛੇ ਲੱਗੇ ਹੋਏ ਹਨ।
ਜੇ ਉਹ ਸੰਸਕਾਰ ਇੱਥੇ ਕਾਇਮ ਰਹਿਣ ਤਾਂ ਕਦੀ ਵੀ ਸਾਡੇ ਪੰਜਾਬ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਨਾ ਹੋਣ। ਅੱਜ ਬਾਹਰਲੇ ਮੁਲਕਾਂ ਤੋਂ ਜਦ ਕਾਲ ਆਉਂਦੀਆਂ ਨੇ ਤਾਂ ਉਹ ਇਹੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ, ਕਿਤੇ ਨਸ਼ੇ ਦਾ ਕਲੰਕ, ਕਿਤੇ ਬਲਤਕਾਰਾਂ ਦਾ ਅਤੇ ਕਿਤੇ ਗੈਂਗਸਟਰਾਂ ਦੇ ਨਾਮ ਦੇ ਨਾਲ ਪੰਜਾਬ ਨੂੰ ਜਾਣਿਆ ਜਾਂਦਾ ਹੈ। ਮੈਂ ਆਪਣੀ ਜੋ ਜੋ ਮੇਰੀ ਆਵਾਜ਼ ਸੁਣ ਰਹੇ ਹਨ, ਮੈਂ ਉਹਨਾਂ ਕੋਲ ਸਿਰਫ ਇੱਕ ਇਹੀ ਮੰਗ ਕਰਦਾ ਹਾਂ ਕਿ ਉਹ ਆਪਣੇ ਪਰਿਵਾਰ ਨੂੰ, ਆਪਣੇ ਦੇਸ਼ ਦੇ ਪ੍ਰਤੀ ਪਿਆਰ ਨੂੰ ਉਜਾਗਰ ਕਰਨ ਆਪਣੇ ਮਨਾਂ ਦੇ ਵਿੱਚ, ਤਾਂ ਕਿ ਇੱਦਾਂ ਦੀਆਂ ਘਿਣਾਉਣੀਆਂ ਹਰਕਤਾਂ ਹੋਣੀਆਂ ਬੰਦ ਹੋ ਜਾਣ। ਇਸ ਦੇ ਨਾਲ ਨਾਲ ਹੀ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਜੋ ਇਸ ਤਰ੍ਹਾਂ ਦੇ ਮਾਨਸਿਕਤਾ ਦੇ ਦੋਸ਼ੀ ਹਨ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏ ਅਤੇ ਫਾਸਟ ਟਰੈਕ ਦੇ ਉੱਤੇ ਚਲਾਈ ਜਾਏ। ਜਿੱਥੇ ਅੱਜ ਇਹ ਅਸੀਂ ਗੁੜੀਆ ਦੇ ਬੱਚੀ ਅੰਜਲੀ ਦੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹਾਂ, ਉੱਥੇ ਸਾਡੀ ਕ੍ਰਿਸਚਨ ਲੀਡਰਸ਼ਿਪ, ਸਾਡੇ ਚੇਅਰਮੈਨ ਮਨਵਰ ਮਸੀਹ ਜੀ, ਸਾਡੇ ਭਰਾ ਰਕੇਸ਼ ਵਿਲੀਅਮ ਜੀ, ਸੋਢੀ ਜੀ, ਆਪਣੇ ਐਡਵੋਕੇਟ ਪਾਲ ਸਾਹਿਬ, ਰੋਸ਼ਨ ਜੋਸਫ ਜੀ, ਵਿਲੀਅਮ ਜੱਟਾਂ ਜੀ ਅਤੇ ਹੋਰ ਵੀ ਤਮਾਮ ਜਿੰਨੇ ਸਾਡੇ ਲੀਡਰ ਨੇ, ਉਹਨਾਂ ਨੇ ਇੱਕ ਪ੍ਰਣ ਲਿਆ ਹੈ ਕਿ ਇਸ ਬੱਚੀ ਦੀ ਯਾਦ ਨੂੰ ਹਮੇਸ਼ਾ ਅਮਰ ਅਤੇ ਤਾਜ਼ਾ ਰੱਖਣ ਦੇ ਲਈ ਅਸੀਂ ਕ੍ਰਿਸਚਨ ਯੂਨਾਈਟਿਡ ਫੈਡਰੇਸ਼ਨ ਦਾ ਸਹਿਯੋਗ ਕਰਕੇ ਇੱਕ ਚਾਈਲਡ ਹੋਮ ਦਾ ਨਿਰਮਾਣ ਕਰਾਂਗੇ, ਜਿੱਥੇ ਕਿ ਗਰੀਬ ਅਤੇ ਅਸਹਾਏ ਬੱਚੇ ਜੋ ਦਲਿਤ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਐਜੂਕੇਸ਼ਨ ਅਤੇ ਸਿਹਤ ਸਹੂਲਤਾਂ ਮੁਫਤ ਦਿੱਤੀਆਂ ਜਾਣਗੀਆਂ। ਜਿਹਦੇ ਨਾਲ ਬਹੁਤ ਹੀ ਘਿਨਾਉਣਾ ਜੁਰਮ ਹੋਇਆ ਸੀ, ਉਹਦੀ ਸ਼ੋਕ ਸਭਾ ਦੇ ਵਿੱਚ ਇਕੱਠੇ ਹੋਏ ਹਾਂ ਔਰ ਬਿਨਾਂ ਸ਼ੱਕ ਪੁਲਿਸ ਨੇ ਜੋ ਹੈ ਮੁੱਖ ਦੋਸ਼ੀ ਉਹਨੂੰ ਫੜ ਲਿਆ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਜੋ ਵੀ ਪੁਲਿਸ ਨੇ ਹੁਣ ਤੱਕ ਕਾਰਵਾਈ ਕੀਤੀ ਹੈ ਉਹ ਪੂਰੀ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਦੇ ਵਿੱਚ ਸਾਰੇ ਦੋਸ਼ੀਆਂ ਨੂੰ ਜਿਹੜਾ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿੰਨੇ ਵੀ ਲੋੜੀਂਦੇ ਦੋਸ਼ੀ ਆ ਨਾ ਹੀ ਉਹਨਾਂ ਦਾ ਨਾਮ FIR ਦੇ ਵਿੱਚ ਨਾਮਜ਼ਦ ਕੀਤਾ ਗਿਆ। ਸੈਕੰਡਲੀ ਇਹਦੇ 'ਚ ਕੁਛ ਬਣਦੀਆਂ ਧਾਰਾਵਾਂ ਜਿਹੜੀਆਂ ਨੇ, ਜਿਵੇਂ ਕਿ ਇਹ ਲਾਸ਼ ਨੂੰ ਉਹਦੀ ਬੱਚੀ ਦੀ ਨੂੰ ਜਬਰਜਨਾਹ ਦੇ ਬਾਅਦ 'ਚ ਕੋਠੀ ਦੇ ਵਿੱਚ ਛੁਪਾਇਆ ਗਿਆ, ਇੱਕ ਸਬੂਤ ਨੂੰ ਖੁਰਦ ਬੁਰਦ ਕਰਨ ਦੀ ਧਾਰਾ 201 ਜਿਹੜੀ ਆ ਉਹ ਨਹੀਂ ਐਡ ਕੀਤੀ ਗਈ, ਨਾਲ ਹੀ ਬੱਚੀ ਦੇ 365 ਦੀ ਧਾਰਾ ਕਿਡਨੈਪ ਦੀ ਜੋ ਹੈ ਉਹ ਵੀ ਨਹੀਂ ਐਡ ਕੀਤੀ ਗਈ, ਔਰ ਬੱਚੀ ਦੇ ਪੇਰੈਂਟਸ ਨੂੰ ਜੋ ਧਮਕੀਆਂ ਦਿੱਤੀਆਂ ਗਈਆਂ ਨੇ ਉਹਨਾਂ ਦੇ ਘਰ ਜਾ ਕੇ, ਅਤੇ ਬਿਨਾਂ ਸ਼ੱਕ 506 ਦੀ ਕਾਰਵਾਈ ਪਾ ਦਿੱਤੀ ਗਈ ਹੈ। ਪਰ ਉਸ ਦੇ ਨਾਲ ਜੋ ਹੈ 452 ਕਿਉਂਕਿ ਉਹਨਾਂ ਦੇ ਘਰ ਇੱਕ ਜੁਰਮ ਕਰਨ ਦੀ ਨੀਤ ਦੇ ਨਾਲ ਦੋਸ਼ੀ ਦਾਖਲ ਹੋਏ, ਉਹ 452 IPC ਦੀ ਧਾਰਾ ਬਣਦੀ ਹੈ, ਉਹ ਧਾਰਾ ਵੀ ਜਿਹੜੀ ਹਾਲੇ ਤੱਕ ਐਡ ਨਹੀਂ ਕੀਤੀ ਗਈ। ਔਰ ਅਸੀਂ ਅੱਜ ਕਿਉਂਕਿ ਸ਼ੋਕ ਸਭਾ ਸੀ ਇੱਥੇ ਆ ਗਏ, ਕੱਲ੍ਹ ਹੀ ਅਸੀਂ ਇੱਕ ਰਿਪ੍ਰੈਜੈਂਟੇਸ਼ਨ SSP ਸਾਹਿਬ ਨੂੰ ਦੇਵਾਂਗੇ ਔਰ ਇਹ ਸਾਰੀਆਂ ਧਾਰਾਵਾਂ ਜਿਹੜੀਆਂ ਨੇ ਉਹ ਜੋੜਨ ਲਈ ਉਹਨਾਂ ਨੂੰ ਰਿਕੁਐਸਟ ਕਰਾਂਗੇ। ਔਰ ਮੈਨੂੰ ਆਸ ਹੈ ਕਿ ਪ੍ਰਸ਼ਾਸਨ ਜੋ ਹੈ ਸਾਡੀ ਪੂਰੀ